ਥਾਣਾ ਬਾਬਾ ਬਕਾਲਾ ਸਾਹਿਬ ਦੀ ਪੁਲਿਸ ਨੇ ਗਸ਼ਤ ਦੌਰਾਨ ਪਿੰਡ ਨਿੱਜਰ ਦੇ ਬਾਹਰ ਬਾਰ ਨਹਿਰ ਦੀ ਪੁਲੀ ਨੇੜੇ ਬਣੇ ਦਰਖਤਾਂ ਦੇ ਝੁੰਡ 'ਚੋਂ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ 3 ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ, ਜਦਕਿ 3 ਨੌਜਵਾਨ ਭੱਜਣ ਵਿੱਚ ਕਾਮਯਾਬ ਹੋ ਗਏ। ਗ੍ਰਿਫਤਾਰ ਨੌਜਵਾਨਾਂ ਤੋਂ 2 ਪਿਸਤੌਲ, 1 ਦੁਨਾਲੀ ਅਤੇ ਜ਼ਿੰਦਾ ਰੌਂਦ ਵੀ ਬਰਾਮਦ ਹੋਏ ਹਨ, ਜਿਨ੍ਹਾਂ ਦੀ ਪਹਿਚਾਣ ਲਵਪ੍ਰੀਤ ਸਿੰਘ ਵਾਸੀ ਜੰਡਿਆਲਾ ਗੁਰੂ, ਮਲਕੀਤ ਸਿੰਘ ਵਾਸੀ ਇਕਲੇਰ ਘੁਮਾਣ ਅਤੇ ਯਾਦਵੀਰ ਸਿੰਘ ਵਾਸੀ ਅਠਵਾਲ ਵਜੋਂ ਹੋਈ ਹੈ। ਇਸ ਸੰਬੰਧੀ ਸੀਨੀਅਰ ਉਪ ਪੁਲਿਸ ਕਪਤਾਨ ਬਾਬਾ ਬਕਾਲਾ ਸਾਹਿਬ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਫਰਾਰ ਨੌਜਵਾਨਾਂ ਦੀ ਭਾਲ ਕੀਤੀ ਜਾ ਰਹੀ ਹੈ। ਵਿਕਰਮਜੀਤ ਦੁੱਗਲ, IPS ਅੰਮ੍ਰਿਤਸਰ ਰੂਰਲ ਦੀਆਂ ਗਾਈਡਲਾਈਨਾਂ ਵੀ ਰਾਤ ਨੂੰ ਨਾਕੇਬੰਦੀ ਕੀਤੀ ਜਾਏ, ਗਸ਼ਤਾਂ ਕੀਤੀਆਂ ਜਾਣ। ਉਹਦੇ ਤਹਿਤ SHO ਖਲਚੀਆਂ ਪਰਮਜੀਤ ਸਿੰਘ ਨੇ ਰਾਤ ਨਾਕਾ ਲਾਇਆ ਸੀ ਪਿੰਡ ਨਿੱਜਰਾਂ। ਉੱਥੋਂ ਉਹਨੂੰ ਕਿਸੇ ਮੁਖਬਰ ਨੇ ਇਤਲਾਹ ਦਿੱਤੀ ਕਿ ਜਿਹੜੇ ਬੰਦੇ ਨੇ ਲਵਪ੍ਰੀਤ ਸਿੰਘ ਲਵ ਉਪਰ ਮੰਗਲ ਸਿੰਘ, ਗੁਰਲਾਲ ਸਿੰਘ ਲਾਲੀ ਪੁੱਤਰ ਬਖਸ਼ੀਸ਼ ਸਿੰਘ, ਰਵਿੰਦਰ ਸਿੰਘ ਪੁੱਤਰ ਬੂਟਾ ਸਿੰਘ, ਅਵਤਾਰ ਸਿੰਘ ਮਾੜੂ ਪੁੱਤਰ ਸੁਖਵਿੰਦਰ ਸਿੰਘ, ਗਿਆਨੀ ਅਤੇ ਮਲਕੀਤ ਸਿੰਘ ਮਿੱਤਾ ਪੁੱਤਰ ਜਸਵੰਤ ਸਿੰਘ ਵਾਸੀ ਜਿਹੜੀ ਕਲੇਰ ਘੁਮਾਣ ਆ, ਇਹਨਾਂ ਨਾਲ ਯਾਦਵਿੰਦਰ ਸਿੰਘ ਵਾਸੀ ਅਠਵਾਲ ਨਾਂ ਦਾ ਬੰਦਾ। ਇਹ ਸਾਰੇ ਨਿੱਜਰਾਂ ਪਿੰਡ ਜਿਹੜੀ ਆ ਨਹਿਰ ਪੈਂਦੀ ਪੁਲੀ ਉੱਥੇ ਬੈਠੇ ਕੋਈ ਵਾਰਦਾਤ ਕਰਨ ਦੀ ਤਿਆਰੀ ਕਰ ਰਿਹਾ। ਜਿੱਥੇ ਇਹਨਾਂ ਨੇ ਪੁਲਿਸ ਪਾਰਟੀ ਨਾਲ ਰੇਡ ਕੀਤਾ ਤਾਂ ਇਹਨਾਂ 'ਚੋਂ 3 ਬੰਦੇ ਤਾਂ ਇਹਨਾਂ ਫੜ ਲਏ ਅਤੇ 3 ਇਹਨਾਂ ਕੋਲ 5 ਬੰਦੇ ਭੱਜ ਗਏ। ਜਿਹੜੇ ਫੜੇ ਗਏ ਬੰਦੇ ਉਹਨਾਂ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਤਲਾਸ਼ੀ ਲਈ ਤਾਂ ਉਹਨਾਂ ਕੋਲ 2 ਦੇਸੀ ਪਿਸਤੌਲ, 1 12 ਦੀ ਰਾਈਫਲ ਬਰਾਮਦ ਹੋਈ, 2 ਮੋਟਰਸਾਈਕਲ ਨਾਲ ਕੁਛ ਰੌਂਦ ਬਰਾਮਦ ਹੋਏ। ਜਿਹੜੇ 8 ਬੰਦਿਆਂ ਦੇ ਖਿਲਾਫ਼ ਸੀ ਪਰਚਾ ਅੰਡਰ ਸਿੰਘ 399 402 IPC ਦਰਜ ਕਰਕੇ 25/18, ਇਹਨਾਂ 3 ਨੂੰ ਅਸੀਂ ਅਰੈਸਟ ਕਰ ਲਿਆ। ਬਾਕੀਆਂ ਜਿਹੜੇ ਭੱਜੇ ਨੇ ਉਹਨਾਂ ਨੂੰ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਇਹਨਾਂ ਪੁੱਛਗਿੱਛ 'ਤੇ ਦੱਸਿਆ, ਮੌਜੂਦਾ ਪੁੱਛਗਿੱਛ 'ਤੇ ਵੀ ਇਹਨਾਂ ਨੇ ਬਿਆਸ ਦੇ ਏਰੀਏ 'ਚ, ਰਈਏ ਦੇ ਏਰੀਏ 'ਚ, ਖਲਚੀਆਂ ਦੇ ਏਰੀਏ 'ਚ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਕੀਤੀਆਂ। ਜਿਹੜੇ ਇਹਨਾਂ ਕੋਲ ਉਹਦੇ 'ਚ ਵੀ ਕੋਸ਼ਿਸ਼ ਕੀਤੀ ਜਾਊਗੀ, ਇਹਨਾਂ ਕੋਲ ਰਿਕਵਰੀ ਜਿਹੜੀ ਕੀਤੀ ਜਾਊਗੀ।